ਭਾਈ ਬਿਕਰਮਜੀਤ ਸਿੰਘ ਤੇ ਤੁਹਾਡੀ ਗੱਲ ਹੋਈ ਸੀ ਹਾਂਜੀ ਤੁਹਾਡੇ ਸਿਸਟਰ ਲੱਗਦੀ ਹਾਂਜੀ ਸਿਸਟਰ ਲੱਗਦੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਕੀ ਨਾਮ ਸੀ ਉਹਨਾਂ ਦਾ ਕਿੰਨੇ ਸਾਨੂੰ ਇੱਥੋਂ ਹੀ ਥਾਣੇ ਵਾਲਿਆਂ ਫੋਨ ਕੀਤਾ ਵਾ ਉਹ ਵੀ ਸਾਨੂੰ ਘਰ ਨਹੀਂ ਕੀਤਾ ਉਹਨਾਂ ਸਰਪੰਚਾਂ ਮੈਂਬਰਾਂ ਨੇ ਕੀਤਾ ਉਹਨਾਂ ਦੱਸਿਆ ਸੀ ਜੀ ਹਾਂਜੀ ਤੇ ਤੁਸੀਂ ਇੱਥੇ ਆਏ ਤੇ ਹੁਣ ਸਾਨੂੰ ਉਹਨਾਂ ਥਾਣੇ ਵਾਲਾ ਵੀ ਕਿਹਾ ਕਿ ਸੱਟਾ ਲੱਗੀਆਂ ਵਾ ਸਾਨੂੰ ਮਰੀ ਦਾ ਸਾਨੂੰ ਪਤਾ ਨਹੀਂ ਲੱਗਾ ਇੱਥੇ ਲਗਾ ਆਣਗੇ ਅੱਛਾ ਜੀ ਹਾਂਜੀ ਕਿੰਨੀ ਦੇਰ ਤੋਂ ਇੱਥੇ ਕੰਮ ਕਰਦੇ ਸੀ ਕੀ ਨਾਮ ਸੀ ਉਹਦਾ ਬਲਜਿੰਦਰ ਕੌਰ ਸੀ ਯਾਨੀ ਕਿ ਸਾਰਾ ਸਟਾਫ ਉਹਨੂੰ ਬੱਲੀ ਬੱਲੀ ਕਹਿੰਦਾ ਸੀ ਕਿੰਨੇ ਸਾਲ ਤੋਂ ਕੰਮ ਕਰਦੇ ਆ ਉਹਨੇ 2.5-3 ਸਾਲ ਆਏ ਇੱਥੇ ਜੀ ਅੱਛਾ ਜੀ ਹਾਂਜੀ ਜੋ ਕੋਰਸ ਕਰਕੇ ਆਈ ਉਹ ਇੱਥੇ ਹੀ ਇਸੇ ਹਸਪੀਟਲ ਹੀ ਕਦੀ ਤੁਹਾਡੇ ਨਾਲ ਗੱਲਬਾਤ ਕੋਈ ਸਿਸਟਰ ਨੇ ਕੀਤੀ ਹੋਵੇ ਮੈਨਾਂ ਕੋਈ ਤੰਗ ਪਰੇਸ਼ਾਨ ਨਹੀਂ ਭਾਈ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਘਰ ਗਈ ਸੀ ਪਰਸੋਂ ਆਈ ਆ 3-4 ਵਜੇ ਹੀ ਕਹਿੰਦੀ ਮੈਡਮ ਨੇ ਫੋਨ ਕੀਤਾ ਕਿ ਬੱਲੀ ਤੂੰ ਚੱਲ ਜਾ ਆਈ ਇੱਕ ਰਾਤ ਰਹੀ ਮੇਰਾ ਕਤਲ ਹੋਉਂਦੇ ਹੋ ਗਿਆ ਕੰਮ ਬਣ ਗਏ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ ਕੋਈ ਪੁਲਿਸ ਵਾਲੇ ਕਹੇ ਹੀ ਕਹਿਣ ਦੇ ਕਿ ਕਰਨ ਦੇ ਕੋਸ਼ਿਸ਼ ਕਰਨ ਦੇ ਰਾਤ 1:30 ਵਜੇ ਦੇ ਲੱਗੇ ਅਸੀਂ ਲੱਗੇ ਆ ਦਲਜੀਤ ਸਿੰਘ ਕਿੱਥੇ ਦੇ ਰਹਿਣ ਵਾਲੇ ਪਿੰਡ ਜੋਧੇ ਤੋਂ ਮੈਂਬਰ ਪੰਚਾਇਤ ਹਾਂਜੀ ਸਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਹੈਗਾ ਸਰ ਸਾਨੂੰ ਸਵੇਰੇ ਇਨਫੋਰਮੇਸ਼ਨ ਇਨਫੋਰਮ ਕੀਤਾ ਗਿਆ ਜੀ ਲਗਭਗ 7:00 ਵਜੇ ਜੀ ਕਿ ਤੁਸੀਂ ਥਾਣੇ ਮੋਲ ਟਾਊਨ 6 ਨੰਬਰ ਥਾਣੇ 'ਚ ਪਹੁੰਚੋ ਜੀ ਅਸੀਂ ਜਿੱਥੇ ਕਿ ਪਹੁੰਚੇ ਹਾਂ ਇੱਥੇ ਸਾਨੂੰ ਪਤਾ ਲੱਗਾ ਕਿ ਕੁੜੀ ਦਾ ਕਤਲ ਹੋ ਚੁੱਕਾ ਜੀ ਜੀ ਕੋਈ ਤੁਹਾਨੂੰ ਪਤਾ ਲੱਗਿਆ ਹੋਵੇ ਘਰਦਿਆਂ ਨਾਲ ਗੱਲ ਤੁਸੀਂ ਕੀਤੀ ਹੈ ਕੋਈ ਰੰਜਿਸ਼ ਲੱਗਦੀ ਹੋਵੇ ਲੜਕੀ ਨਹੀਂ ਸਰ ਪਿੰਡ 'ਚ ਕੋਈ ਰੰਜਿਸ਼ ਨਹੀਂ ਜੀ ਇੱਥੇ ਦਾ ਜੋ ਕੁਛ ਹੋਇਆ ਜ਼ਿੰਮੇਵਾਰ ਹੋਸਪਿਟਲ ਦੇ ਹੋਣਗੇ ਜੀ ਅਸੀਂ ਤਾਂ ਕੁੜੀ ਇੱਥੇ ਹੋਸਪਿਟਲਾਂ ਦੇ ਭਰੋਸੇ 'ਤੇ ਭੇਜੀ ਸੀ ਜੋਬ ਕਰਨ ਲਈ ਬਹੁਤ ਹੀ ਗਰੀਬ ਘਰ ਤੋਂ ਬੇਟੀ ਹੈ ਜੀ ਜੀ ਕੀ ਨਾਮ ਹੈ ਲੜਕੀ ਦਾ ਬਲਜਿੰਦਰ ਕੌਰ ਤੇ ਕਿੰਨੀ ਦੇਰ ਤੋਂ ਇੱਥੇ ਕੰਮ ਕਰਦੇ ਲਗਭਗ 2.5-3 ਸਾਲ ਤੋਂ ਜੀ ਕਦੀ ਤੁਹਾਡੇ ਨਾਲ ਗੱਲ ਜਾਂ ਘਰਦਿਆਂ ਨਾਲ ਗੱਲਬਾਤ ਕੀਤੀ ਹੋਈ ਕੋਈ ਪਰੇਸ਼ਾਨ ਤੰਗ ਕਰਦਾ ਨਹੀਂ ਸਰ ਕੋਈ ਪਰੇਸ਼ਾਨ ਤੰਗ ਇਹ ਰੋਜ਼ ਘਰੋਂ ਆਉਂਦੇ ਸੀ ਕਿ ਨਹੀਂ ਸਰ ਇੱਥੇ ਹੀ ਰਹਿੰਦੇ ਸੀ ਕਿੱਦਾਂ ਘਰ ਵਾਲੇ ਕਹਿ ਰਹੇ ਹਨ ਸਾਰੇ ਘਰ ਤੋਂ ਆਏ ਜੀ ਜੀ ਕਿੱਦਾਂ ਘਰ ਵਾਲੇ ਕਹਿ ਰਹੇ ਤੁਹਾਡੇ ਨਾਲ ਵੀ ਗੱਲ ਕੀਤੀ ਹੈ ਕੋਈ ਸਾਨੂੰ ਸ਼ੱਕ ਹੈ ਸਿਕਿਉਰਿਟੀ ਗਾਰਡ ਦੇ ਇੱਥੇ ਸਰ ਸਾਰਾ ਜ਼ਿੰਮੇਵਾਰੀ ਹਸਪੀਟਲ ਹੈ ਜਾਂ ਸਿਕਿਉਰਿਟੀ ਗਾਰਡ ਹੋਣਗੇ ਅਸੀਂ ਤਾਂ ਕੁੜੀ ਹਸਪੀਟਲ ਜ਼ਿੰਮੇਵਾਰੀ ਤੇ ਭੇਜੀ ਸੀ ਇੱਥੇ ਜੀ ਤੁਹਾਡੀ ਹੁਣ ਪੁਲਿਸ ਵਾਲਿਆਂ ਨਾਲ ਗੱਲਬਾਤ ਹੋਈ ਹੈ ਪੁਲਿਸ ਵਾਲਿਆਂ ਨੇ ਕੀ ਪੁਲਿਸ ਵਾਲਿਆਂ ਨਾਲ ਗੱਲਬਾਤ ਹੋਈ ਹੈ ਜੀ ਤੇ ਅਜੇ ਕਹਿੰਦੇ ਮਾਮਲਾ ਤਫਤੀਸ਼ ਕਰ ਰਹੇ ਹਾਂ ਜੀ ਠੀਕ ਮਾਮਲਾ ਕੀ ਹੈ ਕਿਹੜਾ ਇਹ ਮਾਮਲਾ ਜੀ ਰਾਤ ਦੀ ਘਟਨਾ ਹੈ ਪਰਲਾ ਹਸਪੀਟਲ ਦੇ ਵਿੱਚ ਪਕੜੇ ਇਸ ਤੋਂ ਦੋ ਕੁੜੀਆਂ ਸੀ ਬਲਜਿੰਦਰ ਕੌਰ ਤੇ ਜੋਤੀ ਦੋਨੇ ਸਟਾਫ ਨਰਸ ਸੀਗੀਆਂ ਜੋ ਇੱਥੇ ਹੀ ਰਹਿੰਦੀਆਂ ਸੀਗੀਆਂ ਪਰਲਾ ਦੇ ਵਿੱਚ ਰਾਤ ਨੂੰ ਪਤਾ ਲੱਗਿਆ ਕਿ ਇਹਨਾਂ ਕੁੜੀਆਂ ਉੱਤੇ ਹਮਲਾ ਕੀਤਾ ਗਿਆ ਜੀ ਜਿਹੜੀ ਕੁੜੀ ਬਲਜਿੰਦਰ ਕੌਰ ਆ ਉਹਦੀ ਡੈਥ ਹੋ ਗਈ ਆ ਰਾਤ ਡੈਡ ਬਾਡੀ ਆ ਜਿਹੜੀ ਸੰਭਾਲ ਸੰਭਾਲ ਦੇ ਸ਼ਿਫਟ ਹੋ ਗਈ ਦੂਜੀ ਲੜਕੀ ਹੈ ਜਿਹੜੀ ਉਹ ਵੀ ਜ਼ਖਮੀ ਹੈ ਉਹਨੂੰ ਆਪਾਂ ਦੂਜੇ ਹਸਪਤਾਲ ਵਿੱਚ ਸ਼ਿਫਟ ਸਰ ਪਤਾ ਲੱਗਿਆ ਕੌਣ ਆਇਆ ਸੀ ਨਹੀਂ ਕੁਛ ਨਹੀਂ ਹਾਲੇ ਆਪਾਂ ਦੇਖ ਰਹੇ ਹਾਂ ਪੱਥਾਂ ਦੇ ਆਧਾਰ ਵਿੱਚ ਜੋ ਵੀ ਕਾਰਵਾਈ ਪਾਉਣ ਵਿੱਚ ਲਿਆਉਣਾ ਸੀ ਸੀ ਟੀਵੀ ਫੁਟੇਜ ਦੁਆਰਾ ਜਾਂ ਹੋਰ ਜੋ ਵੀ ਸਾਡੀਆਂ ਫੋਰੈਂਸਿਕ ਟੀਮਾਂ ਹੈਗੀਆਂ ਐਕਸਪਰਟ ਆਪਾਂ ਲੱਗੇ ਹਾਂ ਅਤੇ ਸੀ ਸੀ ਟੀ ਵੀ ਦੇ ਵਿੱਚ ਕੁਛ ਆਇਆ ਸੀ ਟੀ ਵੀ ਦੇ ਚੱਲ ਕੁਛ ਨਹੀਂ ਆ ਰਿਹਾ ਅਸੀਂ ਸਾਰੇ ਕੈਮਰੇ ਕਿ ਇੱਥੇ ਸਿਕਿਉਰਿਟੀ ਗਾਰਡ ਵੀ ਸੀ ਰਾਤ ਨੂੰ ਹੈਗੇ ਜੀ ਸਾਰੇ ਕਿ ਉਹਨਾਂ ਨੇ ਕੁਛ ਦੱਸਿਆ ਕੋਈ ਆਇਆ ਉਹਨਾਂ ਦੇ ਕੋਲੋਂ ਵੀ ਹਲੇ ਕੋਈ ਆਉਣ ਦਾ ਨਹੀਂ ਆ ਰਿਹਾ ਸਾਹਮਣੇ ਕੋਈ ਗੱਲ ਜੀ ਕੋਈ ਪੁਰਾਣੀ ਰੰਜਿਸ਼ ਜਾਂ ਕਿਹੜੀ ਲੜਕੀ ਜ਼ਖਮੀ ਉਹ ਗੱਲਬਾਤ ਕਰਦੀ ਹੈ ਉਹ ਕਰ ਰਹੀ ਹੈ ਥੋੜ੍ਹੀ ਬਹੁਤ ਗੱਲਬਾਤ ਜੀ ਉਹਦੀ ਥੋੜ੍ਹੀ ਕੰਡੀਸ਼ਨ ਜ਼ਿਆਦਾ ਲੱਗੀ ਹੈ ਉਹ ਸੱਟ ਲੱਗੀ ਅਤੇ ਕਿੰਨੇ ਵਜੇ ਦੀ ਇਹ ਘਟਨਾ ਹੈਗੀ ਇਹ ਰਾਤ ਦੀ ਤਕਰੀਬਨ 1:30-2 ਵਜੇ ਦੀ ਅਤੇ ਇਸ ਹੋਸਪਿਟਲ ਦੇ ਮਾਲਕ ਨਾਲ ਤੁਹਾਡੀ ਗੱਲਬਾਤ ਹੋਈ ਮਾਲਕ ਦੇ ਬ੍ਰਦਰ ਹੈਗੇ ਆ ਮਾਲਕ ਤਾਂ ਗਏ ਆ ਸਟਾਫ ਫਾਰਮ ਦੇ ਵਿੱਚ ਨੇ ਜੀ ਅਤੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦੇ ਸਟਾਫ ਨਾਲ ਵੀ ਗੱਲਬਾਤ ਕੀਤੀ ਹੈ ਪੂਰਾ ਡੁੰਘਾਈ ਦੇ ਨਾਲ ਇਹਦੀ ਅਸੀਂ ਕੀ ਮਾਮਲਾ ਕੀ ਦਰਜ ਕੀਤਾ ਜਾ ਰਿਹਾ ਮਾਮਲਾ ਦੇਖਦੇ ਆ ਸ਼ੱਕੀ